ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਰਾ ਪਰਿਵਾਰ ਸਰਸਾ ਨਦੀ ਦੇ ਕਿਨਾਰੇ ਤੇ ਵਿਛੜ ਗਿਆ। ਛੋਟੇ ਸਾਹਿਬਜ਼ਾਦੇ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ ਤੇ ਧੰਨ ਮਾਤਾ ਗੁਜਰ ਕੌਰ ਜੀ ਨੂੰ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਆਪਣੇ ਘਰ ਪਿੰਡ ਸਹੇੜੀ ਲੈ ਗਿਆ। ਧੰਨ ਮਾਤਾ ਗੁਜਰੀ ਜੀ ਦੇ ਕੋਲ ਸੋਨੇ ਦੀਆਂ ਮੋਹਰਾਂ ਦੀ ਇੱਕ ਪੋਟਲੀ ਸੀ। ਗੰਗੂ ਬ੍ਰਾਹਮਣ ਦੇ ਘਰ ਜਾ ਕੇ ਜਦੋਂ ਧੰਨ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦੇ ਨੂੰ ਨਾਲ ਲੈ ਕੇ ਆਰਾਮ ਕਰਨ ਲੱਗੇ, ਸੌਣ ਲੱਗੇ, ਤਾਂ ਜਿਹੜੀ ਸੋਨੇ ਦੀਆਂ ਮੋਹਰਾਂ ਦੀ ਪੋਟਲੀ ਸੀ ਉਹ ਮਾਤਾ ਗੁਜਰ ਕੌਰ ਜੀ ਨੇ ਆਪਣੇ ਸਿਰਹਾਣੇ ਦੇ ਕੋਲ ਰੱਖ ਲਈ। ਪੋਟਲੀ ਰੱਖਦੇ ਹੋਇਆਂ ਗੰਗੂ ਬ੍ਰਾਹਮਣ ਨੇ ਦੇਖ ਲਿਆ, ਉਹਨੂੰ ਪਤਾ ਲੱਗ ਗਿਆ ਕਿ ਪੋਟਲੀ ਦੇ ਵਿੱਚ ਸੋਨੇ ਦੀਆਂ ਮੋਹਰਾਂ ਨੇ। ਮੋਹਰਾਂ ਦੇਖਦੇ ਸਾਰੀ ਗੰਗੂ ਦੇ ਮਨ ਵਿੱਚ ਲਾਲਚ ਆ ਗਿਆ। ਉਹ ਤਾਂ ਪਹਿਲਾਂ ਹੀ ਸੋਚ ਰਿਹਾ ਸੀ ਕਿ ਮੈਂ ਇਹਨੂੰ ਆਪਣੇ ਘਰ ਲਿਆ ਤਾਂ ਆਇਆ, ਪਰ ਜੇ ਕਿਸੇ ਨੂੰ ਪਤਾ ਲੱਗ ਗਿਆ, ਮੇਰੇ ਆਂਟੀ ਗੁਆਂਢੀ ਨੂੰ ਕਿਸੇ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਸ਼ਿਕਾਇਤ ਥਾਣੇਦਾਰ ਦੇ ਕੋਲ ਕਰਤੀ, ਜਾਂ ਕਿਸੇ ਵੀ ਮੁਗਲ ਨੂੰ ਪਤਾ ਲੱਗ ਗਿਆ ਤਾਂ ਮੇਰੀ ਖੈਰ ਨਹੀਂ, ਮੁਗਲ ਤਾਂ ਮੈਨੂੰ ਮਾਰ ਦੇਣਗੇ। ਸੋ ਇਹ ਸੋਨੇ ਦੀਆਂ ਮੋਹਰਾਂ ਦੀ ਪੋਟਲੀ ਦੇਖ ਕੇ ਇਹਦੇ ਮਨ ਦੇ ਵਿੱਚ ਲਾਲਚ ਆ ਗਿਆ। ਹੁਣ ਇਹਨੇ ਕੀ ਕੀਤਾ, ਚੋਰੀ ਚੋਰੀ ਮਾਤਾ ਗੁਜਰੀ ਜੀ ਦੇ ਕਮਰੇ 'ਚ ਦਾਖਲ ਹੋਇਆ। ਇਹਨੇ ਦੇਖਿਆ ਵੀ ਲੱਗਦਾ ਹੁਣ ਮਾਤਾ ਗੁਜਰੀ ਜੀ ਸੌਂ ਗਏ ਨੇ, ਤੇ ਬੜੇ ਆਰਾਮ ਦੇ ਨਾਲ ਮਾਤਾ ਗੁਜਰੀ ਦੇ ਸਿਰਹਾਣੇ ਪਈ ਸੋਨੇ ਦੇ ਮੋਹਰਾਂ ਦੀ ਪੋਟਲੀ ਇਹਨੇ ਚੁੱਕ ਲਈ। ਪਰ ਹੁਣ ਮਾਤਾ ਗੁਜਰੀ ਜੀ ਨੂੰ ਨੀਂਦ ਕਿੱਥੋਂ ਆਣੀ ਸੀ? ਉਹਨਾਂ ਦਾ ਸਾਰਾ ਪਰਿਵਾਰ ਵਿਛੜ ਚੁੱਕਿਆ ਸੀਗਾ, ਉਹਨਾਂ ਦੇ ਪੁੱਤਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੋਈ ਖਬਰ ਨਹੀਂ ਸੀ, ਵੱਡੇ ਸਾਹਿਬਜ਼ਾਦਿਆਂ ਦੀ ਕੋਈ ਖਬਰ ਨਹੀਂ ਸੀ, ਤਾਂ ਮਾਤਾ ਗੁਜਰ ਕੌਰ ਜੀ ਨੂੰ ਨੀਂਦ ਕਿੱਥੋਂ ਆਣੀ ਸੀ? ਸੋ ਮਾਤਾ ਗੁਜਰ ਕੌਰ ਜੀ ਤਾਂ ਜਾਗ ਹੀ ਰਹੇ ਸੀ, ਉਹਨਾਂ ਨੇ ਪਾਪੇ ਨੂੰ ਚੋਰੀ ਕਰਦਿਆਂ ਦੇਖ ਲਿਆ, ਤਾਂ ਇਹਨੂੰ ਜਾਂਦੇ ਹੋਏ ਨੂੰ ਦੇਖ ਕੇ ਮਾਤਾ ਗੁਜਰ ਕੌਰ ਜੀ ਪਿੱਛੋਂ ਆਵਾਜ਼ ਮਾਰਦੇ ਨੇ ਕਿ ਚੰਗਾ ਹੋਇਆ ਪੁੱਤ ਤੋਂ ਇਹ ਪੋਟਲੀ ਚੁੱਕ ਲਈ ਹੈ, ਇਹਨੂੰ ਕਿਸੇ ਚੰਗੀ ਜੀ ਜਗ੍ਹਾ ਤੇ, ਹਿਫਾਜ਼ਤ ਵਾਲੀ ਜਗ੍ਹਾ ਤੇ ਰੱਖ ਲੈ। ਹੁਣ ਇਹ ਸੁਣਦੇ ਸਾਰ ਗੰਗੂ ਬੁੰਦ ਲਿਆ, ਇਹ ਤਾਂ ਮਾਤਾ ਗੁਜਰ ਕੌਰ ਜੀ ਨੇ ਦੇਖ ਲਿਆ ਮੈਨੂੰ ਚੋਰੀ ਕਰਦੇ ਹੋਇਆ, ਤਾਂ ਉਸ ਸਮੇਂ ਸਗੋਂ ਉਲਟਾ ਮਾਤਾ ਗੁਜਰ ਕੌਰ ਜੀ ਨੂੰ ਬੋਲਣ ਲੱਗ ਗਿਆ। ਕਹਿੰਦਾ ਮੈਂ ਤਾਂ ਕੋਈ ਪੋਟਲੀ ਨਹੀਂ ਚੁੱਕੀ, ਤੁਸੀਂ ਕਿਹੜੀ ਪੋਟਲੀ ਕਹਿ ਰਹੇ ਹੋ? ਮੈਂ ਤਾਂ ਕੋਈ ਪੋਟਲੀ ਦੇਖੀ ਵੀ ਨਹੀਂ, ਨਾਲ ਨਾਲ ਤੁਰਿਆ ਗਿਆ, ਤੁਰਿਆ ਜਾਂਦਾ ਬੋਲੀ ਜਾਵੇ, ਮੈਨੂੰ ਤਾਂ ਕੋਈ ਪਤਾ ਨਹੀਂ, ਮੈਂ ਤਾਂ ਪੋਟਲੀ ਦੇਖੀ ਨਹੀਂ। ਮਾਤਾ ਜੀ ਤੁਸੀਂ ਤਾਂ ਮੇਰੇ ਤੇ ਝੂਠਾ ਇਲਜ਼ਾਮ ਲਾ ਰਹੇ ਹੋ, ਮੈਂ ਤਾਂ ਕੋਈ ਪੋਟਲੀ ਚੁੱਕੀ ਨਹੀਂ, ਤੁਸੀਂ ਤਾਂ ਮੈਨੂੰ ਚੋਰ ਕਹਿਣ ਲੱਗ ਗਏ ਹੋ, ਜਦਕਿ ਮਾਤਾ ਗੁਜਰ ਕੌਰ ਜੀ ਨੇ ਤਾਂ ਚੋਰ ਕਿਹਾ ਹੀ ਨਹੀਂ ਸੀ। ਪਰ ਕਹਿੰਦੇ ਨਾ ਚੋਰ ਦੀ ਦਾੜੀ ਦੇ ਵਿੱਚ ਤਿਨਕਾ, ਸੋ ਇਸੇ ਕਹਾਵਤ ਦੇ ਅਨੁਸਾਰ ਹੀ ਇਹ ਬੁੰਦਲਿਆ ਹੋਇਆ ਫਾਲਤੂ ਬੋਲਣ ਲੱਗ ਗਿਆ। ਕਹਿੰਦਾ ਮਾਤਾ ਜੀ ਤੁਸੀਂ ਤਾਂ ਮੇਰੇ ਤੇ ਇਲਜ਼ਾਮ ਲਾ ਰਹੇ ਹੋ, ਮੈਂ ਤਾਂ ਕੋਈ ਚੋਰੀ ਨਹੀਂ ਕੀਤੀ, ਮੈਂ ਤਾਂ ਚੋਰ ਨਹੀਂ ਹੈਗਾ। ਮਾਤਾ ਗੁਜਰੀ ਜੀ ਕਹਿੰਦੇ ਮੇਰੇ ਸਾਹਮਣੇ ਤੋਂ ਪੋਟਲੀ ਚੁੱਕ ਕੇ ਲੈ ਕੇ ਗਿਆ, ਮੈਂ ਆਪਣੀ ਅੱਖਾਂ ਦੇ ਨਾਲ ਦੇਖਿਆ, ਜਿਹਨੂੰ ਪੈਸੇ ਚਾਹੀਦੇ ਨੇ, ਮੋਹਰਾਂ ਚਾਹੀਦੀਆਂ ਨੇ, ਤੂੰ ਆਪਣੇ ਕੋਲ ਰੱਖ ਲੈ, ਮੈਂ ਤੇਰੇ ਤੋਂ ਵਾਪਸ ਨਹੀਂ ਮੰਗਦੀ, ਪਰ ਤੂੰ ਐਵੇਂ ਝੂਠ ਨਾ ਬੋਲ ਵੀ ਤੂੰ ਚੁੱਕੀ ਨਹੀਂ ਪੋਟਲੀ। ਪਰ ਇਹ ਤਾਂ ਬੁੰਦਲਿਆ ਹੋਇਆ ਸੀਗਾ, ਬੁਖਲਾਇਆ ਹੋਇਆ ਸੀਗਾ, ਮਾਇਆ ਦੇ ਲਾਲਚ ਵਿੱਚ ਭਖਿਆ ਹੋਇਆ ਸੀਗਾ। ਕਹਿੰਦਾ ਕੋਈ ਨਾ, ਮੈਂ ਸਿਰੇ ਮੁਰਿੰਡੇ ਕੋਤਵਾਲ ਦੇ ਕੋਲ ਜਾਣਾ, ਉੱਥੇ ਤੁਹਾਨੂੰ ਜਾ ਕੇ ਫੜਾਉਣਾ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਮੇਰੇ ਤੇ ਇਲਜ਼ਾਮ ਲਗਾ ਰਹੇ ਹੋ। ਮਾਤਾ ਗੁਜਰੀ ਨੇ ਕਿਹਾ ਵੀ ਸਾਡਾ ਪਹਿਲੇ ਪਰਿਵਾਰ ਵਿਛੜ ਚੁੱਕਿਆ, ਤੂੰ ਐਵੇਂ ਦਾ ਕੁਕਰਮ ਨਾ ਕਮਾਈ, ਮੇਰੇ ਨਾਲ ਛੋਟੇ ਛੋਟੇ ਬੱਚੇ ਨੇ, ਪਰ ਇਹ ਕਿੱਥੇ ਸੁਣਨ ਮੰਨਣ ਵਾਲਾ ਸੀ? ਹੁਣ ਤਾਂ ਪੈਸੇ ਦਾ ਲਾਲਚ ਸੀ, ਇਹਨੂੰ ਸੀਵੇਂ ਮਾਤਾ ਗੁਜਰ ਕੌਰ ਜੀ ਦੀਆਂ ਮੋਹਰਾਂ ਵੀ ਚੁੱਕ ਲਈਆਂ ਨੇ ਕਿ ਉਹ ਜੇ ਕੋਤਵਾਲ ਨੂੰ ਜਾ ਕੇ ਮੈਂ ਦੱਸਾਂਗਾ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੇ ਮਾਤਾ ਮੇਰੇ ਘਰ ਠਹਿਰੇ ਹੋਏ ਨੇ, ਤੁਸੀਂ ਉਹਨਾਂ ਨੂੰ ਆ ਕੇ ਗ੍ਰਿਫਤਾਰ ਕਰ ਲਓ, ਤਾਂ ਇਸ ਦਾ ਇਨਾਮ ਮੈਨੂੰ ਕੋਤਵਾਲ ਜ਼ਰੂਰ ਦੇਗਾ, ਤਾਂ ਇਹ ਦੋਨੇ ਪਾਸੇ ਹੱਥ ਮੇਰੇ ਘਿਓ ਦੇ ਵਿੱਚ ਨੇ। ਸੋ ਇਸ ਲਾਲਚ ਦੇ ਵਿੱਚ ਅੰਨਾ ਹੋਇਆ ਗੰਗੂ ਬ੍ਰਾਹਮਣ ਸਵੇਰ ਹੁੰਦੇ ਕੋਤਵਾਲ ਦੇ ਕੋਲ ਮੁਰਿੰਡੇ ਚਲਾ ਗਿਆ, ਜਾ ਕੇ ਉਹਨੂੰ ਸਾਰੀ ਗੱਲ ਦੱਸੀ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਦੇ ਛੋਟੇ ਪੁੱਤਰ ਤੇ ਉਹਨਾਂ ਦੀ ਮਾਤਾ ਘਰੇ ਮੇਰੇ ਠਹਿਰੇ ਹੋਏ ਨੇ, ਤੁਸੀਂ ਆ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਓ। ਤਾਂ ਮੁਰਿੰਡੇ ਦੇ ਕੋਤਵਾਲ ਨੇ ਦੋ ਸਿਪਾਹੀ ਭੇਜੇ, ਜਾਨੀ ਖਾਂ ਤੇ ਮਾਨੀ ਖਾਂ, ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਗ੍ਰਿਫਤਾਰ ਕਰਕੇ ਕੋਤਵਾਲੇ ਮੁਰਿੰਡੇ ਲੈ ਆਉਂਦੇ ਨੇ। ਉਸ ਤੋਂ ਬਾਅਦ ਇਹਨਾਂ ਨੂੰ ਸਰਹੰਦ ਲਿਆਂਦਾ ਜਾਂਦਾ ਹੈ ਤੇ ਸਰਹੰਦ ਦਾ ਨਵਾਬ ਵਜ਼ੀਰ ਖਾਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿੰਨ ਕੇ ਸ਼ਹੀਦ ਕਰ ਦਿੰਦਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਜਦੋਂ ਬਾਬਾ ਮੋਤੀ ਰਾਮ ਮਹਿਰਾ ਜੀ ਮਾਤਾ ਗੁਜਰ ਕੌਰ ਜੀ ਨੂੰ ਜਾ ਕੇ ਦੱਸਦੇ ਨੇ, ਤਾਂ ਇਹ ਗੱਲ ਸੁਣ ਕੇ ਮਾਤਾ ਗੁਜਰ ਕੌਰ ਜੀ ਵੀ ਦਸਮ ਦੁਆਰ ਦੇ ਦੁਆਰਾ ਆਪਣੇ ਪ੍ਰਾਣ ਤਿਆਗ ਕਰ ਦਿੰਦੇ ਨੇ। ਹੁਣ ਇੱਧਰ ਜਦੋਂ ਜਾਨੀ ਖਾਂ ਤੇ ਮਾਨੀ ਖਾਂ ਜਿਹੜੇ ਸਿਪਾਹੀ ਧੰਨ ਮਾਤਾ ਗੁਜਰ ਕੌਰ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਦੇ ਘਰ ਫੜਨ ਲਈ ਗਏ ਸੀ, ਗ੍ਰਿਫਤਾਰ ਕਰਨ ਲਈ ਗਏ ਸੀ, ਉਹ ਜਦੋਂ ਵਜ਼ੀਰ ਖਾਂ ਨੂੰ ਜਾ ਕੇ ਦੱਸਦੇ ਨੇ ਕਿ ਮਾਤਾ ਗੁਜਰ ਕੌਰ ਜੀ ਦੇ ਕੋਲ ਇੱਕ ਛੋਟੀ ਪੋਟਲੀ ਸੀ ਜਿਹਦੇ ਵਿੱਚ ਸੋਨੇ ਦੀਆਂ ਮੋਹਰਾਂ ਸੀ, ਇਹ ਗੱਲ ਸੁਣ ਕੇ ਵਜ਼ੀਰ ਖਾਂ ਨੂੰ ਬੜਾ ਗੁੱਸਾ ਆਉਂਦਾ ਹੈ ਕਿ ਗੰਗੂ ਨੇ ਇਸ ਬਾਰੇ ਤਾਂ ਮੈਨੂੰ ਦੱਸਿਆ ਹੀ ਨਹੀਂ ਕਿ ਮਾਤਾ ਗੁਜਰ ਕੌਰ ਜੀ ਦੇ ਕੋਲ ਪੋਟਲੀ ਸੀ ਉਹਦੇ ਵਿੱਚ ਸੋਨੇ ਦੀਆਂ ਮੋਹਰਾਂ ਸੀ। ਉਹ ਨਾਲ ਹੀ ਹੁਕਮ ਕਰਦਾ ਜਾਨੀ ਖਾਂ ਮਾਨੀ ਖਾਂ ਨੂੰ ਕਿ ਤੁਸੀਂ ਹੁਣੇ ਜਾਓ ਗੰਗੂ ਬ੍ਰਾਹਮਣ ਤੋਂ ਪੋਟਲੀ ਚੁੱਕ ਕੇ ਲੈ ਕੇ ਆਓ। ਹੁਣ ਇਹ ਦੋਨੇ ਭਰਾ ਜਾਂਦੇ ਨੇ ਗੰਗੂ ਦੇ ਕੋਲ, ਜਾ ਕੇ ਉਹਨੂੰ ਪੁੱਛਦੇ ਨੇ ਕਿ ਮੋਹਰਾਂ ਕਿੱਥੇ ਨੇ। ਪਹਿਲਾਂ ਤਾਂ ਬੁੰਦਲ ਜਾਂਦਾ ਕਿ ਇਹਨੂੰ ਪਤਾ ਕਿਵੇਂ ਲੱਗਿਆ ਮੋਹਰਾਂ ਬਾਰੇ, ਫਿਰ ਉਹ ਝੂਠ ਬੋਲਣ ਲੱਗ ਜਾਂਦਾ ਹੈ। ਉਹਨੂੰ ਪਤਾ ਤਾਂ ਲੱਗ ਗਿਆ ਸੀਗਾ ਕਿ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੋ ਗਏ ਨੇ, ਤਾਂ ਇਹ ਝੂਠ ਬੋਲ ਦਿੰਦਾ ਹੈ
ਕਹਿੰਦਾ ਮਾਤਾ ਗੁਜਰ ਕੌਰ ਜੀ ਨੂੰ ਤਾਂ ਮੈਂ ਤਾਂ ਸਵੇਰ ਹੁੰਦੇ ਹੀ ਮੋਹਰਾਂ ਦੇਤੀਆਂ ਸੀਗੀਆਂ, ਮੈਨੂੰ ਨੀ ਪਤਾ ਮੋਹਰਾਂ ਬਾਰੇ, ਇਹ ਤਾਂ ਹੁਣ ਮਾਤਾ ਗੁਜਰ ਕੌਰ ਨੂੰ ਜਾ ਕੇ ਪੁੱਛੋ ਤੁਸੀਂ। ਹੁਣ ਜਾਨੀ ਖਾਂ ਮਾਨੀ ਖਾਂ ਪਹਿਲਾਂ ਤਾਂ ਪਿਆਰ ਨਾਲ ਪੁੱਛਦੇ ਨੇ, ਪਰ ਜਦੋਂ ਨਹੀਂ ਮੰਨਦਾ ਤਾਂ ਸਖਤਾਈ ਕਰਦੇ ਨੇ, ਥੋੜਾ ਗੁੱਸੇ ਵਿੱਚ ਬੋਲਣ ਲੱਗਦੇ ਨੇ, ਪਰ ਇਹ ਝੂਠ ਬੋਲੀ ਜਾਂਦਾ, ਕਹਿੰਦਾ ਮੈਨੂੰ ਨੀ ਪਤਾ, ਫਿਰ ਉਹ ਮਾਰ ਕੁੱਟ ਕਰਦੇ ਨੇ ਜੀ, ਤਾਂ ਉਹਦੇ ਸਾਰੇ ਘਰ ਦੀ ਤਲਾਸ਼ੀ ਲੈਂਦੇ ਨੇ ਪਰ ਉਹ ਮੋਹਰਾਂ ਕਿਤੇ ਨਹੀਂ ਮਿਲਦੀਆਂ। ਫਿਰ ਜਾਨੀ ਖਾਂ ਮਾਨੀ ਨੂੰ ਕੁੱਟਦੇ ਮਾਰਦੇ ਨੂੰ ਸਰਹੰਦ ਲੈ ਕੇ ਆਉਂਦੇ ਨੇ ਵਜ਼ੀਰ ਖਾਨ ਦੇ ਕੋਲ। ਵਜ਼ੀਰ ਖਾਨ ਖੁਦ ਉਹਨੂੰ ਪੁੱਛਦਾ ਕਿ 10 ਮੋਹਰਾਂ ਕਿੱਥੇ ਲੁਕਾਈਆਂ ਨੇ ਤੂੰ, ਪਹਿਲਾਂ ਤਾਂ ਉਹਨੂੰ ਵੀ ਝੂਠ ਬੋਲ ਦਿੰਦਾ ਕਿ ਮੈਨੂੰ ਮੋਹਰਾਂ ਬਾਰੇ ਸੱਚੀ ਨਹੀਂ ਪਤਾ ਹੈਗਾ, ਤੇ ਜਦੋਂ ਵਜ਼ੀਰ ਖਾਨ ਨੂੰ ਮਾਰਨ ਦੀ ਧਮਕੀ ਦਿੰਦਾ, ਮੈਂ ਤਾਂ ਛੋਟੇ ਛੋਟੇ ਬੱਚੇ ਨਹੀਂ ਛੱਡੇ ਮਾਰਨ ਨੂੰ ਕਿ ਤੂੰ ਮੇਰੇ ਅੱਗੇ ਚੀਜ਼ ਹੀ ਕੀ ਹੈ, ਇਹਦੇ ਵਿੱਚ ਤੇਰੇ ਹੀ ਭਲਾ ਹੈ ਕਿ ਤੂੰ ਸੱਚੋ ਸੱਚ ਦੱਸ ਦੇ ਮੋਹਰਾਂ ਕਿੱਥੇ ਲੁਕਾਈਆਂ ਨੇ, ਮੈਂ ਤੈਨੂੰ ਛੱਡ ਦਾਂਗਾ ਜਾਂ ਨੂੰ ਨਹੀਂ ਮਾਰਾਂਗਾ, ਤੇ ਇਹਦੀ ਚੰਗੀ ਤਸੱਲੀ ਕੀਤੀ ਜਾਂਦੀ ਹੈ, ਚੰਗਾ ਮਾਰਿਆ ਕੁੱਟਿਆ ਜਾਂਦਾ। ਵਜ਼ੀਰ ਖਾਨ ਦੀ ਗੱਲ ਸੁਣ ਕੇ ਡਰ ਜਾਂਦਾ ਤੇ ਸੱਚ ਬੋਲ ਦਿੰਦਾ ਕਿ ਮੈਂ ਸੋਨੇ ਦੀ ਮੋਹਰਾਂ ਘਰ ਦੇ ਵਿੱਚ ਹੀ ਵਿਹੜੇ ਦੇ ਵਿੱਚ ਦੱਬੀਆਂ ਹੋਈਆਂ ਨੇ, ਕਿਉਂਕਿ ਪੁਰਾਣੇ ਟਾਈਮ ਦੇ ਵਿੱਚ ਲੋਕ ਇਸੇ ਤਰ੍ਹਾਂ ਹੀ ਕਰਦੇ ਸੀ, ਕੋਈ ਕੀਮਤੀ ਚੀਜ਼ ਹੋਣੀ, ਕੋਈ ਸੋਨੇ ਦੀਆਂ ਮੋਹਰਾਂ ਹੋਣੀਆਂ ਜਾਂ ਕੋਈ ਗਹਿਣਾ ਹੋਣਾ ਤਾਂ ਲੋਕ ਜ਼ਮੀਨ ਦੇ ਵਿੱਚ ਉਹਨੂੰ ਦੱਬ ਦਿੰਦੇ ਸੀਗੇ। ਹੁਣ ਵਜ਼ੀਰ ਖਾਂ ਫਿਰ ਹੁਕਮ ਕਰਦਾ ਜਾਨੀ ਖਾਂ ਮਾਨੀ ਖਾਂ ਨੂੰ ਕਿ ਇਹਨੂੰ ਚੁੱਕ ਕੇ ਲੈ ਕੇ ਜਾਓ ਇਹਦੇ ਘਰ, ਤੇ ਜਿੱਥੇ ਇਹਨੇ ਮੋਹਰਾਂ ਦੱਬੀਆਂ ਹੋਈਆਂ ਨੇ ਉੱਥੋਂ ਮੋਹਰਾਂ ਕੱਢ ਕੇ ਮੇਰੇ ਕੋਲ ਲੈ ਕੇ ਆਓ। ਹੁਣ ਜਦੋਂ ਘਰ ਜਾ ਕੇ ਗੰਗੂ ਦੱਸਦਾ ਕਿ ਮੈਂ ਇਸ ਜਗ੍ਹਾ ਤੇ ਮੋਹਰਾਂ ਦੱਬੀਆਂ ਹੋਈਆਂ ਨੇ ਇੱਥੋਂ ਕੱਢ ਲਓ, ਤਾਂ ਉਸ ਸਮੇਂ ਗੁਰੂ ਸਾਹਿਬ ਦੀ ਐਸੀ ਕਲਾ ਵਰਤ ਜਾਂਦੀ ਹੈ ਕਿ ਜਿਸ ਜਗ੍ਹਾ ਤੇ ਉਹਨੇ ਮੋਹਰਾਂ ਦੱਬੀਆਂ ਹੁੰਦੀਆਂ ਉੱਥੋਂ ਮਿਲਦੀਆਂ ਨਹੀਂ, ਉੱਥੋਂ ਗਾਇਬ ਹੋ ਜਾਂਦੀਆਂ ਨੇ। ਹੁਣ ਉਹਨੂੰ ਫੇਰ ਕੁੱਟਦੇ ਨੇ ਕਿ ਤੂੰ ਝੂਠ ਬੋਲ ਰਿਹਾ, ਹਜੇ ਵੀ ਸੱਚ ਨਹੀਂ ਦੱਸ ਰਿਹਾ, ਤੈਨੂੰ ਤਾਂ ਵਜ਼ੀਰ ਖਾਨ ਨੇ ਮਾਰਨ ਦੀ ਧਮਕੀ ਦੇਤੀ, ਤੂੰ ਤਾਂ ਜਾਨੋਂ ਮਰ ਜਾਏਗਾ ਵੀ ਸੱਚ ਬੋਲਦੇ ਹਜੇ ਵੀ। ਉਹ ਕਹਿੰਦਾ ਮੈਂ ਤਾਂ ਸੱਚੀ ਇੱਥੇ ਦੱਬੀਆਂ ਸੀਗੀਆਂ। ਉਹ ਫਿਰ ਦੂਜੀ ਜਗ੍ਹਾ ਤੇ ਦੱਸਦਾ, ਕਹਿੰਦਾ ਹੋ ਸਕਦਾ ਮੈਂ ਭੁੱਲ ਗਿਆ ਵਾਂ, ਇੱਥੇ ਦੇਖ ਲਓ ਇੱਥੇ ਨਾ ਦੱਬੀਆਂ ਹੋਣ, ਜੋ ਉੱਥੇ ਦੇਖਦੇ ਨੇ ਉੱਥੇ ਵੀ ਕੁਛ ਨਹੀਂ, ਖਾਲੀ ਜਗ੍ਹਾ। ਕਿੱਥੇ ਤੱਕ ਮੈਂ ਦੱਸਾਂ ਕਿ ਇਹਨਾਂ ਨੇ ਸਾਰਾ ਵਿਹੜਾ ਪੁੱਟ ਦਿੱਤਾ ਪਰ ਮੋਹਰਾਂ ਕਿਤੇ ਨਹੀਂ ਮਿਲੀਆਂ, ਸਾਰਾ ਘਰ ਦਾ ਫਰਸ਼ ਪੁੱਟ ਦਿੱਤਾ ਕਿਤੇ ਨਹੀਂ ਮੋਹਰਾਂ ਮਿਲੀਆਂ, ਗੁਰੂ ਸਾਹਿਬ ਦੀ ਐਸੀ ਕਲਾ ਵਰਤੀ ਕਿ ਮੋਹਰਾਂ ਗਾਇਬ ਹੀ ਹੋ ਗਈਆਂ। ਤੇ ਇਤਿਹਾਸਕਾਰ ਲਿਖਦੇ ਨੇ ਕਿ ਇਸ ਪਾਪੀ ਨੇ ਜਦੋਂ ਮੋਹਰਾਂ ਦੱਬੀਆਂ ਸੀ ਜ਼ਮੀਨ ਦੇ ਵਿੱਚ ਤਾਂ ਉਸ ਦੌਰਾਨ ਮੀਂਹ ਬਹੁਤ ਤੇਜ਼ ਆਇਆ ਸੀ, ਤਾਂ ਉਹ ਲਿਖਦੇ ਨੇ ਕਿ ਮੋਹਰਾਂ ਮੀਂਹ ਦੇ ਨਾਲ ਰੁੜ ਗਈਆਂ, ਪਰ ਕਈ ਜਗ੍ਹਾ ਤੇ ਜ਼ਿਕਰ ਆਉਂਦਾ ਕਿ ਮੋਹਰਾਂ ਲੱਭੀਆਂ ਹੀ ਨਹੀਂ, ਪਤਾ ਹੀ ਨਹੀਂ ਲੱਗਿਆ ਮੋਹਰਾਂ ਕਿੱਥੇ ਗਈਆਂ। ਸੋ ਇਸ ਚੀਜ਼ ਨੂੰ ਆਪਾਂ ਸ਼ਹੀਦਾਂ ਦੀ ਕਲਾ ਕਵਾਂਗੇ, ਸ਼ਹੀਦਾਂ ਦੀ ਐਸੀ ਕਲਾ ਵਰਤ ਗਈ ਕਿ ਮੋਹਰਾਂ ਲੱਭੀ ਹੀ ਨਹੀਂ, ਐਸੀਆਂ ਗਾਇਬ ਹੋ ਗਈਆਂ ਜਿਹੜੀਆਂ ਮੋਹਰਾਂ ਦੇ ਲਾਲਚ ਵਿੱਚ ਆ ਕੇ ਗੰਗੂ ਪਾਪੀ ਨੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨੂੰ ਫੜਾਇਆ, ਸ਼ਹੀਦ ਕਰਵਾਇਆ, ਉਹ ਮੋਹਰਾਂ ਇਹਦੇ ਕੰਮ ਵੀ ਨਹੀਂ ਆਈਆਂ, ਤੇ ਉਹੀ ਮੋਹਰਾਂ ਇਹਦੇ ਮੌਤ ਦਾ ਕਾਰਨ ਵੀ ਬਣੀਆਂ। ਹੁਣ ਜਾਨੀ ਖਾਂ ਮਾਨੀ ਖਾਂ ਨੂੰ ਮਾਰਦੇ ਨੇ, ਕੁੱਟਦੇ ਨੇ, ਨਾਲੇ ਪੁੱਛ ਰਹੇ 10 ਮੋਹਰਾਂ ਕਿੱਥੇ ਨੇ, ਤੂੰ ਝੂਠ ਬੋਲ ਰਿਹਾ, ਹਜੇ ਵੀ ਸੱਚ ਨਹੀਂ ਦੱਸ ਰਿਹਾ ਸਾਨੂੰ। ਉਹ ਕਹਿੰਦਾ ਮੈਂ ਤਾਂ ਇੱਥੇ ਲੁਕਾਈਆਂ ਸੀ, ਮੈਨੂੰ ਤਾਂ ਖੁਦ ਸਮਝ ਨਹੀਂ ਆ ਰਹੀ ਮੋਹਰਾਂ ਕਿੱਥੇ ਚਲੀਆਂ ਗਈਆਂ। ਉਹ ਚੰਗੀ ਇਹਦੀ ਤਸੱਲੀ ਕਰਦੇ ਨੇ, ਚੰਗਾ ਮਾਰਦੇ ਕੁੱਟਦੇ ਨੇ ਕਿ ਤੂੰ ਹਜੇ ਵੀ ਸੱਚ ਨਹੀਂ ਬੋਲ ਰਿਹਾ, ਹਜੇ ਵੀ ਝੂਠ ਬੋਲ ਰਿਹਾ, ਤੂੰ ਦੱਸ ਨਹੀਂ ਰਿਹਾ ਮੋਹਰਾਂ ਕਿੱਥੇ ਲੁਕਾਈਆਂ ਨੇ ਤੂੰ। ਹੁਣ ਗੁੱਸੇ ਵਿੱਚ ਆ ਕੇ ਇਹਨਾਂ ਨੇ ਇਹਦੀ ਚੰਗੀ ਤਸੱਲੀ ਕੀਤੀ, ਚੰਗਾ ਮਾਰਿਆ ਕੁੱਟਿਆ, ਤੇ ਮਾਰ ਖਾਂਦਾ ਖਾਂਦੇ ਪਾਪੀ ਉੱਥੇ ਹੀ ਮਰ ਗਿਆ। ਹੁਣ ਇਹਦਾ ਸਾਰਾ ਘਰ ਤਹਿਸ ਨਹਿਸ ਹੋ ਗਿਆ, ਸਾਰਾ ਵਿਹੜਾ ਪੁੱਟਿਆ ਗਿਆ। ਹੁਣ ਆਪ ਵੀ ਪਾਪੀ ਠੁੱਡੇ ਖਾਂਦਾ, ਸਿਰ ਦੇ ਜੁੱਤੀਆਂ ਖਾਂਦਾ, ਮਾਰ ਖਾਂਦਾ ਖਾਂਦਾ ਉੱਥੇ ਹੀ ਮਰ ਗਿਆ। ਇੰਨੀ ਦਰਦਨਾਕ ਇਹਦੀ ਮੌਤ ਹੋਈ, ਦਰਦਨਾਕ ਮੌਤ ਹੁੰਦੀ ਵੀ ਕਿਉਂ ਨਾ, ਬੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਇਹਨੇ ਸ਼ਹੀਦ ਕਰਵਾਇਆ, ਬੇਦੋਸ਼ ਮਾਤਾ ਗੁਜਰ ਕੌਰ ਜੀ ਨੂੰ ਇਹਨੇ ਸ਼ਹੀਦ ਕਰਵਾਇਆ, ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸੀਗਾ, ਇੰਨਾ ਇੰਨੇ ਕਹਿਰ ਕਮਾਇਆ, ਇਸੇ ਕਰਕੇ ਮਾਰ ਖਾਂਦਾ ਖਾਂਦਾ ਮਰ ਗਿਆ। ਜਿਸ ਪੈਸੇ ਦੇ ਲਾਲਚ ਵਿੱਚ ਆ ਕੇ ਇਹਨੇ ਇੰਨਾ ਕਹਿਰ ਕਮਾਇਆ ਸੀ, ਉਹੀ ਪੈਸਾ ਇਹਦੀ ਮੌਤ ਦਾ ਕਾਰਨ ਬਣਿਆ। ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ ਨਾ, ਮਾਇਆ ਮਮਤਾ ਮੋਹਨੀ ਵਿਨ ਦੰਤਾ ਜਗ ਖਾਇਆ, ਵੀ ਬਿਨਾਂ ਦੰਦਾਂ ਤੋਂ ਹੀ ਮਾਇਆ ਸਾਰਾ ਜਗ ਖਾਈ ਜਾ ਰਹੀ ਹੈ। ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ, ਵੀ ਜਿਹੜਾ ਬੰਦਾ ਮਾਇਆ ਦੀ ਸੇਵਾ ਕਰਦਾ, ਮਾਇਆ ਦੇ ਪਿੱਛੇ ਪਿੱਛੇ ਭੱਜਦਾ, ਪੈਸੇ ਕਮਾਉਣ ਦੇ ਪਿੱਛੇ ਭੱਜਦਾ, ਮਾਇਆ ਦੇ ਪਿੱਛੇ ਭੱਜਦਾ, ਤਾਂ ਉਹਦੀ ਵੀ ਸਕੀ ਨਹੀਂ ਹੁੰਦੀ।